ਬੱਚਿਆਂ ਨਾਲ ਭਰੀ ਸਕੂਲ ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ ਹੋਈ ਹੈ। ਟੱਕਰ ਇੰਨੀ ਕੁ ਭਿਆਨਕ ਸੀ ਕਿ ਟਰੱਕ ਦਾ ਬੈਲੈਂਸ ਵਿਗੜ ਗਿਆ। ਇਸ ਦੌਰਾਨ ਪਲਟੀਆਂ ਖਾਂਦਾ ਹੋਇਆ ਖੇਤਾਂ ਦੇ ਵਿੱਚ ਜਾ ਪਲਟਿਆ। ਲੂ ਕੰਡੇ ਖੜੇ ਕਰਨ ਵਾਲੀ ਇਸ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਪੂਰਾ ਜਿਹੜਾ ਹਾਦਸਾ ਹੈ ਉਹ ਕੈਦ ਹੋਇਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਬੱਚਿਆਂ ਨਾਲ ਸਕੂਲ ਭਰੀ ਸਕੂਲ ਬੱਸ ਹੈ ਜਿਹੜੀ ਉਹ ਮੋੜ ਕੱਟਣ ਲੱਗਦੀ ਹੈ। ਤੁਰੰਤ ਜਿਹੜਾ ਇਹ ਫੁੱਲ ਸਪੀਡ ਦੇ ਵਿੱਚ ਟਰੱਕ ਆ ਰਿਹਾ ਹੁੰਦਾ ਹੈ ਤੇ ਇਸ ਦੌਰਾਨ ਪਹਿਲਾਂ ਤਾਂ ਟੱਕਰ ਹੁੰਦੀ ਹੈ ਤੇ ਟੱਕਰ ਹੋਣ ਤੋਂ ਬਾਅਦ ਟਰੱਕ ਦਾ ਜਿਹੜਾ ਇਹ ਸੰਤੁਲਨ ਵਿਗੜਦਾ ਹੈ, ਬੈਲੈਂਸ ਵਿਗੜਦਾ ਹੈ, ਜਿਸ ਤੋਂ ਬਾਅਦ ਟਰੱਕ ਪਲਟੀਆਂ ਖਾਂਦਾ ਹੋਇਆ ਖੇਤਾਂ ਦੇ ਵਿੱਚ ਜਾ ਪਲਟਦਾ ਹੈ। ਇਸ ਦੌਰਾਨ ਸਾਹਮਣੇ ਆ ਰਿਹਾ ਕਿ ਟਰੱਕ ਡਰਾਈਵਰ ਜਿਹੜਾ ਇਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਇਸ ਹਾਦਸੇ ਤੋਂ ਬਾਅਦ। ਦੱਸ ਦਈਏ ਕਿ ਆਸ ਪਾਸ ਦੇ ਲੋਕ ਜਿਹੜੇ ਨੇ, ਸਥਾਨਕ ਲੋਕ ਇਕੱਠੇ ਹੋ ਜਾਂਦੇ ਨੇ ਉਹਨਾਂ ਦੀ ਮਦਦ ਦੇ ਨਾਲ। ਪਹਿਲਾਂ ਤਾਂ ਸਕੂਲੀ ਬੱਚਿਆਂ ਨੂੰ ਦੇਖਿਆ ਜਾਂਦਾ ਹੈ ਜੋ ਬੱਸ ਦੇ ਵਿੱਚ ਬੱਚੇ ਸਵਾਰ ਹੁੰਦੇ ਨੇ। ਗਣਿਮਤ ਰਹਿੰਦੀ ਹੈ ਕਿ ਬੱਚੇ ਜਿਹੜੇ ਨੇ ਉਹਨਾਂ ਦਾ ਨੁਕਸਾਨ ਨਹੀਂ ਹੋਇਆ, ਬੱਚੇ ਠੀਕ ਰਹਿੰਦੇ ਨੇ। ਤੇ ਉੱਥੇ ਹੀ ਟਰੱਕ ਡਰਾਈਵਰ ਜਿਹੜਾ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੁੰਦਾ ਤਾਂ ਸਥਾਨਕ ਲੋਕ ਜਿਹੜੇ ਨੇ ਉਹ ਟਰੱਕ ਡਰਾਈਵਰ ਨੂੰ ਬਾਹਰ ਕੱਢਦੇ ਨੇ, ਤੁਰੰਤ ਉਸਨੂੰ ਹਸਪਤਾਲ ਪਹੁੰਚਾਉਂਦੇ ਨੇ। ਇਸ ਦੌਰਾਨ ਹਾਲਾਂਕਿ ਬਹੁਤ ਹੀ ਰੂਹ ਕੰਬਾਊ ਇਹ ਹਾਦਸਾ ਹੋਇਆ ਹੈ। ਗਣਿਮਤ ਰਹੀ ਹੈ ਵੱਡਾ ਜਿਹੜਾ ਹਾਦਸਾ ਨਹੀਂ ਵਾਪਰਿਆ, ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਜਿਸ ਤਰ੍ਹਾਂ ਦੇ ਨਾਲ ਇਹ ਟੱਕਰ ਹੋਈ ਹੈ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ। ਰੂਹ ਕੰਬਾਉਂਦਾ ਇਹ ਹਾਦਸਾ ਇਹ ਗੁਰਦਾਸਪੁਰ ਦੇ ਵਿੱਚ ਵਾਪਰਿਆ ਹੈ, ਜਿੱਥੇ ਬੱਚਿਆਂ ਦੇ ਨਾਲ ਭਰੀ ਹੋਈ ਸਕੂਲ ਬੱਸ ਜਦੋਂ ਮੋੜ ਕੱਟਣ ਲੱਗਦੀ ਹੈ ਤਾਂ ਉਸ ਦੌਰਾਨ ਫੁੱਲ ਸਪੀਡ ਟਰੱਕ ਆ ਰਿਹਾ ਹੁੰਦਾ ਹੈ, ਬੱਸ ਦੇ ਨਾਲ ਉਸਦੀ ਟੱਕਰ ਹੁੰਦੀ ਹੈ। ਇਹ ਟੱਕਰ ਜਿਹੜੀ ਹੈ ਇੰਨੀ ਕੁ ਭਿਆਨਕ ਹੁੰਦੀ ਹੈ ਕਿ ਟਰੱਕ ਜਿਹੜਾ ਹੈ ਉਸਦਾ ਬੈਲੈਂਸ ਵਿਗੜਨ ਕਾਰਨ ਪਲਟੀਆਂ ਖਾਂਦਾ ਹੋਇਆ ਖੇਤਾਂ ਦੇ ਵਿੱਚ ਮੁੱਦੇ ਮੋੜ ਡਿੱਗਦਾ ਹੈ। ਤਾਂ ਗੁਰਦਾਸਪੁਰ ਦੇ ਪਿੰਡ ਦੋਸਤਪੁਰ ਦੇ ਨਜ਼ਦੀਕ ਜਿਹੜਾ ਹਾਦਸਾ ਵਾਪਰਿਆ ਹੈ, ਬੱਸ ਅਤੇ ਟਰੱਕ ਦੀ ਟੱਕਰ ਹੋਈ ਹੈ। ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ। ਟਰੱਕ ਡਰਾਈਵਰ ਦੇ ਸੱਟਾਂ ਲੱਗੀਆਂ ਨੇ, ਹਾਲਾਂਕਿ ਦੋਨੋਂ ਪੁਲਿਸ ਮੌਕੇ ਤੇ ਪੁਲਿਸ ਵੱਲੋਂ ਵੀ ਜਿਹੜਾ ਹੈ ਪਹੁੰਚ ਕੇ ਜਾਂਚ ਕੀਤੀ ਜਾਂਦੀ ਹੈ। ਹਾਲਾਂਕਿ ਦੋਨੋਂ ਵਾਹਨਾਂ ਨੂੰ ਜਿਹੜਾ ਕਬਜ਼ੇ ਦੇ ਵਿੱਚ ਪੁਲਿਸ ਦੇ ਵੱਲੋਂ ਲਿਆ ਜਾਂਦਾ, ਕਿਉਂਕਿ ਹਾਦਸਾ ਬਹੁਤ ਹੀ ਜ਼ਬਰਦਸਤ ਸੀ। ਬੱਚੇ ਜਿਹੜੇ ਸੀ ਉਸ ਹਾਦਸੇ ਤੋਂ ਬਾਅਦ ਸਹਿਮ ਗਏ ਜੋ ਬੱਸ ਦੇ ਵਿੱਚ ਸਵਾਰ ਸਨ, ਸਕੂਲ ਦੇ ਬੱਚੇ ਇਸ ਬੱਸ ਦੇ ਵਿੱਚ ਸਵਾਰ ਸਨ। ਇਸ ਹਾਦਸੇ ਤੋਂ ਬਾਅਦ ਬੱਚੇ ਜਿਹੜੇ ਨੇ ਪੂਰੀ ਤਰ੍ਹਾਂ ਦੇ ਨਾਲ ਡਰ ਗਏ, ਜਿਸ ਦੌਰਾਨ ਇਹ ਟੱਕਰ ਹੁੰਦੀ ਹੈ। ਪਰ ਗਨੀਮਤ ਰਹਿੰਦੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੁੰਦਾ, ਪਰਮਾਤਮਾ ਦੀ ਮਿਹਰ ਰਹਿੰਦੀ ਹੈ ਕਿ ਜਾਨੀ ਨੁਕਸਾਨ ਨਹੀਂ ਹੁੰਦਾ। ਪਰ ਜਿਸ ਕਦਰ ਇਹ ਸੀਸੀਟੀਵੀ ਦੇਖੀ ਜਾ ਰਹੀ ਹੈ, ਰੋਂਗਟੇ ਖੜੇ ਕਰਕੇ ਰੱਖ ਦੇਣ ਵਾਲੀ ਇਹ ਵੀਡੀਓ ਹੈ।